ਜਿੱਤ ਵਾਸਤੇ ਨਹੀਂ ਸੀ, ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਹੀ ਇਹ ਸਮਾਗਮ ਰੱਖਿਆ ਸੀ। ਬੜੀ ਦੂਰੋਂ ਪੰਜਾਬ ਦੇ ਕੋਨੇ ਕੋਨੇ ਤੋਂ ਲੋਕ ਚੱਲ ਕੇ ਆਏ ਅਤੇ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਹਨਾਂ ਦਾ ਅਸੀਂ ਸੰਗਤਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ, ਗੁਰੂ ਸਾਹਿਬ ਦਾ ਵੀ ਬਹੁਤ ਕਟਾਨਕੋਟ ਸ਼ੁਕਰੀਆ ਅਤੇ ਉਹਨਾਂ ਸ਼ਹੀਦਾਂ ਨੂੰ ਵੀ ਅਸੀਂ ਕੋਟਨਕੋਟ ਪ੍ਰਣਾਮ ਕਰਦੇ ਹਾਂ ਜੀ। ਸੰਗਤਾਂ ਨੂੰ ਸਾਡੀ ਤਾਂ ਇਹੋ ਹੀ ਅਪੀਲ ਰਹੂਗੀ, ਕਮ ਸੇ ਕਮ ਆਪਾਂ ਇਹ ਗੁਰੂ ਸਾਹਿਬ ਨੇ ਆਪਾਂ ਨੂੰ ਜਿੱਤ ਬਖਸ਼ੀ ਅਤੇ ਆਪਾਂ ਗੁਰੂ ਸਾਹਿਬ ਦਾ ਧੰਨਵਾਦ ਹੀ ਕਰੀਏ। ਆਪਾਂ ਜਿੱਦਾਂ ਨਿਰਵੈਤੀ ਪਾਰਟੀਆਂ ਨੂੰ ਢੋਲ ਢਮਾਕੇ ਵਾਲੇ ਆਤਿਸ਼ਬਾਜ਼ੀਆਂ ਵਾਲੇ ਕੰਮ ਛੱਡੀਏ ਅਤੇ ਆਪਾਂ ਕੋਈ ਚੰਗਾ ਕੰਮ ਕਰੀਏ ਜਿਹਦੇ ਨਾਲ ਸਾਡਾ ਵਾਤਾਵਰਨ ਸਾਫ਼ ਰਹਿ ਸਕੇ ਅਤੇ ਜਿਹੜੀਆਂ ਇਹੋ ਜਿਹੀਆਂ ਸ਼ੋਸ਼ੇਬਾਜ਼ੀਆਂ 'ਚ ਬਾਹਰ ਨਿਕਲੀਏ। ਭਾਈ ਸਾਹਿਬ ਦੀ ਧਰਮ ਪਤਨੀ ਜਿਹੜੇ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ, ਉਹਨਾਂ ਨੂੰ ਅਕਾਲ ਤਖ਼ਤ ਜਾਣਾ ਸਾਡਾ ਫਰਜ਼ ਆ ਅਤੇ ਸਾਡੇ ਵੀ ਪਰਿਵਾਰ ਤੋਂ ਗਏ ਸੀ ਸਵੇਰੇ ਅਤੇ ਉਹ ਇੱਥੇ ਪ੍ਰੋਗਰਾਮ ਸਮਾਗਮ ਹੋਣ ਕਰਕੇ ਥੋੜ੍ਹਾ ਜਲਦੀ ਆ ਗਏ ਅਤੇ ਬੀਬੀ ਜੀ ਹੁਣੀ ਗਏ ਅਤੇ ਇਹ ਬਹੁਤ ਪੂਰੇ ਦੁਨੀਆਂ ਦੀਆਂ ਸਿੱਖ ਸੰਗਤਾਂ ਆ ਕੇ ਉੱਥੇ ਨਾ ਹੋ ਰਹੀਆਂ, ਨਮਸਕਾਰ ਕਰ ਰਹੀਆਂ, ਉਹਨਾਂ ਸ਼ਹੀਦਾਂ ਨੂੰ ਸਰਦਾਰ ਫੁੱਲ ਭੇਟ ਕਰ ਰਹੀਆਂ ਅਤੇ ਬਹੁਤ ਚੰਗੀ ਗੱਲ ਹੈ, ਬਹੁਤ ਵਧੀਆ ਗੱਲ ਹੈ। ਉਹਨਾਂ ਨੇ ਦੱਸਿਆ ਕਿ ਭਾਈ ਸਾਹਿਬ ਨੂੰ ਨੇ ਸੰਗਤਾਂ ਦਾ ਬਹੁਤ ਧੰਨਵਾਦ ਕੀਤਾ ਕਿ ਜਿਹਨਾਂ ਨੇ ਉਹਨੂੰ ਉੱਥੇ ਬੈਠੇ ਹੋਇਆਂ ਨੂੰ ਇੰਨਾ ਮਾਣ ਸਤਿਕਾਰ ਪਿਆਰ ਦਿੱਤਾ ਅਤੇ ਮੈਂ ਉਹਨਾਂ ਦਾ ਤਹਿ ਦਿਲ ਧੰਨਵਾਦ ਹੀ ਉਹਨਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਾਂਗਾ। ਸੰਗਤਾਂ ਲਈ ਤਾਂ ਇਹੋ ਹੀ ਫਰਮਾਨ ਹੈ ਕਿ ਆਪਾਂ ਇਹ ਜਸ਼ਨਾਂ ਜੁਸ਼ਨਾਂ ਦਾ ਕੰਮ ਛੱਡ ਕੇ ਆਪਸੀ ਪ੍ਰੇਮ ਪਿਆਰ ਭਾਈਚਾਰੇ ਨੂੰ ਵਧਾਈਏ, ਆਪਸ ਵਿੱਚ ਰਲ ਮਿਲ ਕੇ ਆਪਾਂ ਪੰਜਾਬ ਨੂੰ ਆਪਣੇ ਇਹਨੂੰ ਅੱਗੇ ਵਧਾਈਏ, ਆਪਣੀ ਕੌਮ ਨੂੰ ਕੋਈ ਚੜ੍ਹਦੀ ਕਲਾ 'ਚ ਲੈ ਕੇ ਜਾਈਏ, ਆਪਸੀ ਵੈਰ ਵਿਰੋਧ ਈਰਖਾ ਨਫ਼ਰਤ ਛੱਡ ਕੇ ਆਪਾਂ ਸਾਰੇ ਜਣੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਆਪਣੀ ਕੌਮ ਨੂੰ ਚੜ੍ਹਦੀ ਕਲਾ। ਨਹੀਂ, ਸੰਦੇਸ਼ ਤਾਂ ਇਹੋ ਹੀ ਹੈ ਕਿ ਸਿਰੇ ਤੋਂ ਬਾਅਦ ਵੀ ਆਪਾਂ ਆਪਸੀ ਪ੍ਰੇਮ ਪਿਆਰ ਬਣਾਈਏ, ਆਪਸ ਵਿੱਚ ਜੋ ਸਾਡੇ ਆਪਣੇ ਪਿੰਡਾਂ 'ਚ ਕੋਈ ਕੰਮ ਕਰਨ ਵਾਲੇ ਸਾਂਝੇ ਕੰਮ ਕਰਨ ਵਾਲੇ ਸਾਰੇ ਮਿਲ ਜੁਲ ਕੇ ਕਰੀਏ ਅਤੇ ਸਰਕਾਰਾਂ ਦੇ ਟੇਕ ਛੱਡ ਕੇ ਆਪਾਂ ਕੋਈ ਸਫਾ ਸਫਾਈ ਦੇ ਜਾਂ ਵਾਤਾਵਰਣ ਦੇ ਕੋਈ ਦਰਖਤ ਲਾਉਣ ਦੇ ਜਾਂ ਇਹੋ ਜਿਹੇ ਕੋਈ ਚੀਜ਼ਾਂ ਜਿਹੜੀਆਂ ਆਪਾਂ ਪਾਣੀ ਬਚਾਉਣ ਦੇ ਇਹੋ ਇਹਨਾਂ ਚੀਜ਼ਾਂ ਵੱਲ ਵੱਧ ਤੋਂ ਵੱਧ ਜਿਹੜੇ ਆਪਣੇ ਵਿਆਹ ਸ਼ਾਦੀਆਂ ਵੀ ਹੋ, ਸਾਡੀ ਤਾਂ ਇਹੋ ਅਪੀਲ ਹੋਊਗੀ ਕਿ ਉਹਨਾਂ ਨੂੰ ਸਾਦਾ ਕੀਤਾ ਜਾਵੇ, ਜਿਹਨਾਂ ਨੇ ਸਿੰਪਲ ਕਰੀਏ ਅਤੇ ਜਿਹੜੀ ਸਾਡੀ ਆਰਥਿਕਤਾ ਵੀ ਬਚੀ ਰਹੇ ਅਤੇ ਅਸੀਂ ਸ਼ੋਸ਼ੇਬਾਜ਼ੀ ਤੋਂ ਬਾਹਰ ਨਿਕਲੀਏ। ਭਾਈ ਸਾਹਿਬ ਸਮਰਥਨ ਦੇ ਸਕਦੇ ਕਿਸੇ ਸਰਕਾਰ ਨੂੰ? ਨਹੀਂ, ਇਹ ਜੀ ਭਾਈ ਸਾਹਿਬ ਫੈਸਲਾ ਕਰਨਗੇ, ਅਜੇ ਇਹਦੇ ਬਾਰੇ 'ਚ ਅਸੀਂ ਤਾਂ ਕੁਛ ਨਹੀਂ ਕਹਿ ਸਕਦੇ।